ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਮੁਲਾਜ਼ਮਾਂ ਦੇ ਮਾਰਚ 2015 ਤੋਂ ਜੂਨ 2018 ਤੱਕ 3.25 ਸਾਲ ਦਾ PF ਕਰਵਾਇਆ ਜਾਰੀ। ਪੂਰੀ ਖਬਰ ਦੇਖਣ ਦੇ ਲਈ ਬਣੇ ਰਹੋ ਚੈਨਲ ਦੇ ਨਾਲ। ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੀ ਪਿਛਲੇ ਸਮੇਂ ਵਿੱਚ ਪ੍ਰਧਾਨਗੀ ਕਰ ਰਹੇ ਸੁਨੀਲ ਕੁਮਾਰ ਬਡਲਾਨ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਉਤਰੇ ਹਨ, ਜਿੱਥੇ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੇ ਵੱਲੋਂ ਪਿਛਲੇ ਸਮੇਂ ਵਿੱਚ ਕਰਵਾਏ ਗਏ ਮੁਲਾਜ਼ਮਾਂ ਦੇ 24 ਕੰਮਾਂ ਦੀਆਂ ਕਾਰਗੁਜ਼ਾਰੀਆਂ ਸੰਬੰਧੀ ਜਾਣਕਾਰੀ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਮੁਲਾਜ਼ਮਾਂ ਦੇ ਮੇਨ 5 ਕੰਮ ਹਨ ਉਹਨਾਂ ਨੂੰ ਨੇਪਰੇ ਚਾੜਨ ਦੀ ਗਰੰਟੀ ਦੇ ਰਹੇ ਹਨ। ਉਸ ਦੇ ਨਾਲ ਹੀ ਅੱਜ ਉਸ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਲੰਮੇ ਸਮੇਂ ਲਗਭਗ 8 ਸਾਲ ਤੋਂ ਮੁਲਾਜ਼ਮਾਂ ਦੇ PF ਲਈ ਸੰਘਰਸ਼ ਕਰਦੇ ਪ੍ਰਧਾਨ ਅਤੇ ਉਸਦੀ ਟੀਮ ਨੂੰ ਦਫ਼ਤਰ ਵੱਲੋਂ PF ਜਾਰੀ ਕਰਨ ਦਾ ਪੱਤਰ ਦਿੱਤਾ ਅਤੇ ਇਸ ਦਾ ਲਾਭ ਸੰਬੰਧਿਤ ਕਰਮਚਾਰੀਆਂ ਨੂੰ ਫੌਰਨ ਦਿੱਤਾ ਜਾਵੇ। ਇੱਥੇ ਇਹ ਵਰਣਨਯੋਗ ਹੈ ਕਿ ਇਸ ਸੰਘਰਸ਼ ਨਾਲ ਜਾਰੀ ਹੋਏ ਇਹ PF ਜਾਰੀ ਕਰਨ ਦੇ ਪੱਤਰ ਨਾਲ ਪੰਜਾਬ ਦੀਆਂ ਹੋਰ 22 ਕਮੇਟੀਆਂ ਨੂੰ ਵੀ ਲਾਭ ਪਹੁੰਚੇਗਾ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂ ਮਾਜਰਾ ਨੇ ਸਮੁੱਚੇ ਸਫਾਈ ਕਾਮਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੇ ਭਵਿੱਖ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਤੁਹਾਡੇ ਪਰਖੇ ਹੋਏ ਪੜ੍ਹੇ ਲਿਖੇ ਸੁਝਵਾਨ ਹਰਮਨ ਪਿਆਰੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਸੁਨੀਲ ਕੁਮਾਰ ਬਡਲਾਨ ਨੂੰ 6 ਅਪ੍ਰੈਲ ਆਪਣੀ 1-1 ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਸਫਾਈ ਕਾਮਿਆਂ ਦੇ ਬਾਕੀ ਰਹਿੰਦੇ ਮਸਲੇ ਹਨ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ। ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸਿੰਮੀ ਬੰਟੀ ਸੰਗਰ, ਰਾਕੇਸ਼ ਅਤੇ ਲਾਡੀ ਹਾਜ਼ਰ ਸਨ, ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਸਫਾਈ ਕਾਮਿਆਂ ਦੇ ਚੰਗੇਰੇ ਭਵਿੱਖ ਲਈ ਆਉਣ ਵਾਲੇ ਸਮੇਂ ਵਿੱਚ ਵੀ ਸੁਨੀਲ ਕੁਮਾਰ ਬਡਲਾਨ ਨੂੰ ਇੱਕ ਮੌਕਾ ਹੋਰ ਦੇ ਕੇ ਮੁਲਾਜ਼ਮਾਂ ਦੇ ਰਹਿੰਦੇ ਮਸਲੇ ਹੱਲ ਕਰਵਾਉਣਗੇ।